ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਇਹਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਸ਼ ਦਾ ਪਾਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸਿਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕਿ ਆਪਾਂ ਆਪਣੇ ਪੋਲੀਟੀਕਲ ਏਜੰਡਾ ਪੂਰਾ ਕਰਨਾ ਹੈ ਤੇ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਲ ਦਿੱਤੀ ਆ ਅੱਡ ਦੋੜੀ ਨੀਜੀ ਨੀਤੀ ਇਹ ਦੇਚ ਨਹੀਂ ਹੋਣੀ ਚਾਹੀਦੀ ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਇਹਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਖਦਾ ਪਾਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸਿਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕਿ ਆਪਾਂ ਆਪਣੇ ਪੋਲੀਟੀਕਲ ਏਜੰਡਾ ਪੂਰਾ ਕਰਨਾ ਹੈ ਤੇ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਲ ਦਿੱਤੀ ਆ ਅ ਦੋੜੀ ਨੀਜੀ ਨੀਤੀ ਇਹ ਦੇਸ਼ ਨਹੀਂ ਹੋਣੀ ਚਾਹੀਦੀ ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਵੀ ਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਸ਼ ਦਾ ਪਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸੀਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕੀ ਆਪਾਂ ਆਪਣੇ ਪੋਲੀਟਿਕਲ ਏਜੰਡਾ ਪੂਰਾ ਕਰਨਾ ਹੈ ਤੇ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਲ ਦਿੱਤੀ ਆ ਅ ਦੋੜੀ ਨੀਜੀ ਨੀਤੀ ਇਹ ਦੇਸ਼ ਨਹੀਂ ਹੋਣੀ ਚਾਹੀਦੀ ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਵੀ ਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਸ਼ ਦਾ ਪਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸੀਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕਿ ਆਪਾਂ ਆਪਣੇ ਪੋਲੀਟਿਕਲ ਏਜੰਡਾ ਪੂਰਾ ਕਰਨਾ ਹੈ ਤੇ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਹ ਦਿੱਤੀ ਆ ਆ ਦੋੜੀ ਨੀਜੀ ਨੀਤੀ ਇਹ ਦੇਸ਼ ਨਹੀਂ ਹੋਣੀ ਚਾਹੀਦੀ